ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਜਿਸ ਘਰ ਤੋਂ ਆਪਾਂ ਵੀਡੀਓ ਪਾ ਰਹੇ ਹਾਂ, ਪਿੰਡ ਕੰਗ ਹੈਗਾ, ਕੰਗ ਪਿੰਡ ਜਿਹੜਾ ਦੋਸਤੋ, ਤਹਿਸੀਲ ਖੰਡੂਰ ਸਾਹਿਬ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਦਾ ਪਿੰਡ ਆ। ਇਕੱਲਾ ਪਿੰਡ ਬਿਲਕੁਲ ਨਾਲ ਹੈਗਾ ਦੋਸਤੋ, ਵਹੀਂ ਪੁਈ ਨਜ਼ਦੀਕ ਹੈਗਾ, ਪੱਖੋਂ ਕੇ 62 ਇਹ ਜਿਹੜੇ ਦੋਸਤੋ ਪਿੰਡ ਨਾਲ ਹੈਗੇ ਆ, ਘਸੀਟ ਪੂਰਾ ਪਿੰਡ ਬਿਲਕੁਲ ਜਿਹੜਾ ਨਜ਼ਦੀਕ ਆ, ਠੀਕ ਆ। ਅਤੇ ਜਗਜੀਤ ਵੀਰ ਦੇ ਕੋਲ ਆਏ ਹਾਂ। ਜੱਗੀ ਵੀਰ ਦਾ ਨਾਮ ਕਾਫੀ ਮਸ਼ਹੂਰ ਆ ਵਪਾਰ ਦੀ ਲਾਈਨ। ਜਦੋਂ ਦੋਸਤੋ ਕੰਗ ਪਿੰਡ ਤੁਸੀਂ ਪਹੁੰਚਦੇ ਹੋ ਤਾਂ ਜੱਗੀ ਵੀਰ ਦਾ ਨਾਮ ਜਿਹੜਾ ਤੁਸੀਂ ਲੈ ਕੇ ਘਰ ਬਾਰ ਪੁੱਛ ਕੇ ਜਿਹੜਾ ਘਰ ਵਿਜਿਟ ਕਰ ਸਕਦੇ ਹੋ। ਨੰਬਰ ਵੀਰ ਦੇ ਲਗਾਤਾਰ ਸਕਰੀਨ ਦੇ ਨੀਚੇ ਚੱਲਦੇ ਪਏ ਨੇ, ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਬਥੇਰੇ ਗੱਲਬਾਤ ਕਰਨੀ ਹੈਗੀ ਆ। ਐਨੀਮਲ ਜਿਹੜੇ ਆ ਦੋਸਤੋ, ਖਾਸ ਤੌਰ 'ਤੇ ਮੱਝਾਂ ਅਤੇ ਚੰਗੀਆਂ ਝੋਟੀਆਂ ਲਿਆਉਣ ਦੇ ਵਿੱਚ ਵੀਰ ਵਿਸ਼ਵਾਸ ਰੱਖਦਾ, ਵੀ ਬਹੁਤ ਸਾਰੇ ਜਿਹੜੇ ਵਪਾਰੀ ਵੀਰ ਨੇ ਇਸ ਘਰੋਂ ਨੋਰਮਲੀ ਪਸ਼ੂ ਲੈ ਕੇ ਵੀ ਜਾਂਦੇ ਆ, ਅਤੇ ਲੰਮੇ ਟਾਈਮ ਤੋਂ ਜਿਹੜਾ ਪਸ਼ੂ ਵਪਾਰ ਦਾ ਕੰਮ ਵੀਰ ਕਰਦਾ ਰਿਹਾ। ਨਕ ਜਿਹੜੇ ਘੱਟੋ ਘੱਟ ਤੁਹਾਨੂੰ ਅੱਜ ਆਪਾਂ 809 ਮੱਝਾਂ ਝੋਟੀਆਂ ਦਿਖਾਵਾਂਗੇ, ਜਿਨ੍ਹਾਂ ਦੇ ਵਿੱਚ ਹਾਫ ਪਸ਼ੂ ਜਿਹੜੇ ਹੈਗੇ ਆ ਸੂਏ ਸਵਾਏ ਆ, ਅੱਧੇ ਪਸ਼ੂ ਹਜੇ ਬਿਲਕੁਲ ਤਿਆਰੀ ਦੇ ਵਿੱਚ ਆ। ਇੱਕ ਤੋਕੜ ਗੱਬਣ ਜਿਹੜੀ ਆ ਮੱਝ, ਤੁਹਾਨੂੰ ਆਪਾਂ ਲਾਸਟ 'ਤੇ ਪ੍ਰੋਪਰ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ, ਦਿਖਾਵਾਂਗੇ। ਆਓ ਕਰਦੇ ਵੀਰ ਦੇ ਨਾਲ ਗੱਲਬਾਤ, ਪੁੱਛਦੇ ਹਾਂ ਕੀ ਇਨਫੋਰਮੇਸ਼ਨ ਹੈਗੀ ਆ ਇਹਨਾਂ ਮੱਝਾਂ ਝੋਟੀਆਂ ਦੀ। ਸਭ ਤੋਂ ਪਹਿਲਾਂ ਜਗਜੀਤ ਵੀਰੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਪਿੰਡ ਆਉਣ 'ਤੇ। ਠੀਕ ਆ। ਅਤੇ ਪਸ਼ੂ ਅੱਜ ਜਗਜੀਤ ਭਾਈ ਕਿੰਨੇ ਆਪਣੇ ਕੋਲ ਵਿਕਾਊ ਨੇ ਟੋਟਲ? ਭਾਅ ਜੀ ਡੰਗਰ 8 ਹੈ ਆਪਣੇ ਕੋਲ ਅੱਜ। ਠੀਕ ਹੈ ਜੀ। ਹਾਂਜੀ, 3 ਕੁ ਝੋਟੀਆਂ ਗੱਭਣਾ ਵਾ, ਬਿਲਕੁਲ ਹਾਜ਼ਰ ਹੀ ਆ। ਠੀਕ ਹੈ ਜੀ। ਅਤੇ 4 ਸੂਈਆਂ ਵਾ ਅਤੇ 1 ਤੋਕੜ ਗੱਭਣੇ ਆ। ਠੀਕ ਹੈ ਜੀ। ਹਾਂਜੀ, ਅਤੇ ਕਰੀਏ ਸਟਾਰਟ ਵੀਰ ਜੀ ਪਹਿਲੇ ਨੰਬਰ ਤੋਂ। ਹਾਂਜੀ। ਠੀਕ ਆ। ਅਤੇ ਪਹਿਲੇ ਨੰਬਰ 'ਤੇ ਵੀਰ ਜਿਹੜੀ ਇਹ ਮੱਝ ਹੈਗੀ ਆ, ਪ੍ਰੋਪਰ ਇਨਫੋਰਮੇਸ਼ਨ ਕੀ ਆ, ਕਿੰਨੇ ਦਿਨਾਂ ਦੀ ਸੂਈ ਆ ਜਾਂ ਹਜੇ ਸੂਣ ਵਾਲੀ ਆ, ਕਿੰਨੇ ਕੁ ਦਿਨ ਜਾਂਦੀ ਆ? ਇਹ ਭਾਅ ਜੀ ਦੂਜਾ ਸੂਆ ਜੀ। ਹਾਂਜੀ। ਅਤੇ ਸੂਣ ਵਾਲੀ ਆ, 1 ਹਫ਼ਤਾ ਖੜਦੀ ਆ। 1 ਹਫ਼ਤਾ ਜੀ। ਹਾਂਜੀ। ਠੀਕ ਆ। ਅਤੇ ਸੂਆ ਕਿੰਨਵਾਂ ਦੱਸਿਆ ਜੀ? ਭਾਅ ਜੀ ਦੂਜਾ ਸੂਆ ਸੂਣ ਵਾਲੀ। ਦੂਜਾ ਸੂਆ ਸੂਣ ਵਾਲੀ ਆ ਦੋਸਤੋ, ਛੋਟੀ ਆ। ਠੀਕ ਆ। ਬਾਕੀ ਹਜੇ ਲੜ ਲੋੜ ਬਹੁਤ ਹੈ ਜੀ, ਝੋਟੀ ਨੇ ਜਿੱਦਾਂ ਹਮਾਨਾ ਬਹੁਤ ਭਰਨਾ ਵਾ। ਹੈਵੀ ਬੋਡੀ ਵੇਟ ਦੀ ਆ, ਭਾਰਾ ਸਰੀਰ ਆ ਦੋਸਤੋ, ਬਣਤਰ ਜਿਹੜੀ ਆ, ਸਟਰਕਚਰ ਵੇਖੋਗੇ ਤੁਸੀਂ ਸਰੀਰ ਦਾ, ਭਾਰੀ ਬਣਤਰ ਦੇ ਵਿੱਚ ਆ, ਕੱਦ ਕਾਠੀ ਨੋਰਮਲ, ਮੱਝਾਂ ਹੋਰ ਵੀ ਤੁਹਾਨੂੰ ਦਿਖਾਉਣੀਆਂ ਨੇ, ਸਾਰਿਆਂ ਦੇ ਵਿੱਚੋਂ ਜਿਹੜਾ ਦੋਸਤੋ ਉੱਚੀ ਹੈਗੀ ਆ, ਕੱਦ ਕਾਠੀ ਦੀ ਵੇਖੋਗੇ ਤਾਂ ਕਾਫੀ ਉੱਚੀ ਇਹ ਝੋਟੀ ਆ। ਦੂਜਾ ਸੂਆ ਵੀਰ ਕਹਿੰਦਾ ਵੀ ਸੂਣ ਵਾਲੀ ਆ। ਠੀਕ ਆ। ਅਤੇ ਬਾਕੀ ਜਗਜੀਤ ਭਾਈ ਕਿੰਨੇ ਕੁ ਦਿਨ ਵੈਸੇ ਹਜੇ ਲੈ ਜੋ ਸੂਣ ਦੇ ਵਿੱਚ ਦੱਸਿਆ? ਇਹ ਭਾਅ ਜੀ 1 ਹਫ਼ਤਾ ਵੀ ਲੈ ਸਕਦੀ ਹੈ, 1-2 ਦਿਨ ਵੱਧ ਘੱਟ ਵੀ ਹੋ ਸਕਦਾ, ਤੁਹਾਨੂੰ ਪਤਾ ਜਦੋਂ ਸੂਣ ਵਾਲਾ ਡੰਗਰ ਆ ਦਿਹਾੜੀ ਵੱਧ ਵੀ ਲੈ ਸਕਦਾ, ਘੱਟ ਵੀ ਲੈ ਸਕਦਾ ਜੀ, ਬਾਕੀ ਆਪਣੇ 1 ਹਫ਼ਤੇ ਤੱਕ ਮਤਲਬ ਹਾਜ਼ਰ ਆ। ਠੀਕ ਆ। ਹਾਂਜੀ। ਅਤੇ ਮੁੱਲ ਰੇਟ ਵੀਰੇ ਕੀ ਡਿਮਾਂਡ ਕੀ ਆ? ਰੇਟ ਵੇਖ ਲਓ ਭਾਅ ਜੀ, ਜਿੰਨਾ ਬਾਜ਼ਾਰ ਚੱਲਣ ਡਿਆ ਹੁਣ ਆਪਾਂ ਦੇਣੀਆਂ ਭਾਅ ਨਾਲ ਹੀ ਡੰਗਰ ਵੇਚੀਦੇ ਆ। ਠੀਕ ਆ ਜੀ। ਹਾਂਜੀ, ਵੇਚਣ ਵਾਲੇ ਬੰਦੇ ਆਪਣੇ ਕੋਲ ਬਹੁਤ ਮਾਲ ਖੜਦੇ ਆ, ਬਾਕੀ ਬਾਬੇ ਦੀ ਕਿਰਪਾ ਨਾਲ ਚਲੋ ਮਾਲ ਆਉਂਦਾ ਜਾਂਦਾ ਰਹਿੰਦਾ ਵਾ। ਬਿਲਕੁਲ ਜੀ। ਹਾਂਜੀ, 12 ਮਹੀਨੇ ਹੀ ਕੰਮ, ਚਲੋ ਚਲੋ ਸਰਕਲ ਚੱਲਦਾ ਹੀ ਰਹਿੰਦਾ। ਬਿਲਕੁਲ। ਅਤੇ ਕਿੰਨਾ ਮੁੱਲ ਵੀਰੇ ਦਾ ਕੀ ਡਿਮਾਂਡ ਰੱਖੀ ਫਿਰ? ਮੁੱਲ ਤਾਂ ਭਾਅ ਜੀ ਉਹਦਾ ਝੋਟੀ ਦੇ ਭਾਵੇਂ ਚਲੋ ਸੂ ਕੇ ਵੀ ਜਿੰਨਾ ਮਰਜ਼ੀ ਕਰ ਲਈਏ, ਮੁੱਲ ਤੋਂ ਤਾਂ 1-10 ਕਰਦੇ ਹਾਂ ਜੀ। ਅਤੇ ਚਲੋ ਮਾਨ ਤਾਨ ਆਪਾਂ ਖੁੱਲ੍ਹਾ ਹੀ ਕਰਨੇ ਅੱਜ, ਪਹਿਲੀ ਵਾਰ ਆਪਾਂ ਵੀਡੀਓ ਪਾਉਣ ਲੱਗੇ ਤੁਹਾਡੇ ਚੈਨਲ ਤੇ, ਮਾਨ ਤਾਨ ਖੁੱਲ੍ਹੇ ਕਰਾਂਗੇ। ਬਿਲਕੁਲ। ਬਾਕੀ ਪਸ਼ੂ ਜਿਹੜੇ ਦੋਸਤੋ ਵੈਸੇ ਵੀ ਨਹੀਂ ਟਿਕਦੇ ਇੱਥੇ, ਕਿਉਂਕਿ ਮੇਨ ਅੱਡਾ ਹੈਗਾ, ਮੇਨ ਵੀਰ ਦੇ ਉਹ ਕਿੱਲੇ ਆ ਵੀ ਜਿੱਥੇ ਬਹੁਤੇ ਵਪਾਰੀ ਵੀਰ ਨੇ ਪਸ਼ੂ, 2 ਤੋਂ 4, 4-5 ਪਸ਼ੂ ਜਿਹੜੇ ਇੱਕੇ ਵਾਰੀ ਲੈ ਜਾਂਦੇ ਆ। ਤੁਸੀਂ ਵੀ ਜੇਕਰ ਖਰੀਦਣਾ ਚਾਹੁੰਦੇ ਹੈਗੇ ਹੋ ਪਸ਼ੂ, ਵਪਾਰ ਦੀ ਲੈਣ ਤੁਹਾਡੀ ਹੈਗੀ ਆ, ਤੁਸੀਂ 2 ਨਗ 3 ਨਗ 4 ਨਗ ਲੈ ਜਾਓਗੇ, ਅੱਗੇ ਜਿਹੜਾ ਨਫੇ ਦੇਣਗੀਆਂ ਮੱਝਾਂ ਝੋਟੀਆਂ ਜਿਹੜੀਆਂ ਦੋਸਤੋ। ਵੀਰ ਕਾਫੀ ਭਾਅ ਪੜਤੇ ਨਾਲ ਪਿੱਛੋਂ ਲੈਂਦਾ ਅਤੇ ਅੱਗੇ ਵੀ ਭਾਅ ਪੜਤੇ ਨਾਲ ਦਿੰਦਾ, ਵੀ ਇਹ ਨਹੀਂ ਹੈਗਾ ਵੀ ਜੇਕਰ ਕੋਈ ਇੱਕ ਵਾਰੀ ਆ ਗਿਆ ਦੂਜੀ ਵਾਰੀ ਨਾ ਆਊਗਾ। ਵੀਰ ਜਗਜੀਤ ਖੋਲੀਏ, ਦਿਖਾਈਏ ਝੋਟੀ ਜਿਹੜੀ ਆ, ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ, ਸੈਕਿੰਡ ਲੈਕਟੇਸ਼ਨ ਦੇ ਵਿੱਚ ਸੁਣ ਜਾ ਰਹੀ ਆ, ਵੱਡੇ ਕੱਦ ਕੱਦ ਦੇ ਵਿੱਚ ਆ, ਨੋਰਮਲੀ ਤੁਸੀਂ ਜਿਹੜਾ ਵੇਖ ਕੇ ਸਮਝ ਜਾਓਗੇ। ਆ ਕਰੋ ਚੈੱਕ ਜੀ, ਠੀਕ ਆ।
ਹੈਵੀ ਬੋਡੀ ਵੇਟ ਦੀ ਆ, ਦਿਨ ਹਜੇ ਜੇਕਰ ਦੋਸਤੋ ਗੱਲ ਕਰੀਏ ਤਾਂ ਇੱਕ ਹਫ਼ਤਾ ਲੈ ਜੂਗੀ, ਠੀਕ ਆ, ਇੱਕ ਹਫ਼ਤਾ ਲੈ ਜੂਗੀ। ਬਾਕੀ ਪਿੱਠ ਪੁੱਠ ਦੀ ਤੁਸੀਂ ਵੇਖੋਗੇ ਚੜਾਈ ਆ, ਕਾਫੀ ਥੱਬਿਆਂ ਦੇ ਥੱਬੇ ਆ, ਉੱਚਾਈ ਵੀ ਬਹੁਤ ਸੋਹਣੀ ਹੈਗੀ ਆ। ਅਤੇ ਪਸ਼ੂ ਜੇਕਰ ਦੋਸਤੋ ਤੁਸੀਂ ਖਰੀਦਣ ਆਓਗੇ ਤਾਂ ਇੱਕ ਨਹੀਂ ਪਸੰਦ ਆਉਂਦਾ ਹੈਗਾ, ਦੂਜੀ ਝੋਟੀ ਪਸੰਦ ਆ ਜੂਗੀ, ਦੂਜੀ ਨਹੀਂ ਤਾਂ ਤੀਜੀ ਪਸੰਦ ਆ ਜੂਗੀ। ਵੀ ਸੋਏ ਸਵਾਏ ਨਗ ਵੀ ਹੈਗੇ ਆ, ਜਿਹੜੇ ਵੀਰ ਨੇ ਬਿਲਕੁਲ ਤਿਆਰੀ ਵਾਲੀ ਚੀਜ਼ ਖਰੀਦਣੀ ਆ ਤੁਸੀਂ ਉਹ ਵੀ ਖਰੀਦ ਕੇ ਲੈ ਕੇ ਜਾ ਸਕਦੇ ਹੋ, 1,10,000 ਜਿਹੜੀ ਇਸਦੀ ਡਿਮਾਂਡ ਆ। ਇਸ ਤੋਂ ਬਾਅਦ ਨੈਕਸਟ ਜਿਹੜੀ ਆਪਾਂ ਤੁਹਾਨੂੰ ਇੱਕ ਹੋਰ ਝੋਟੀ ਦਿਖਾਉਣੀ ਆ, ਪਿੱਠ ਪੁੱਠ ਦੀ ਤੁਸੀਂ ਵੇਖੋਗੇ ਵੀ ਮਾਲੀਆਂ ਦਾ ਭੁਲੇਖਾ ਪਾਉਂਦੀ ਆ। ਅਤੇ ਬਾਈ ਜਗਜੀਤ, ਇਸਦੀ ਕੀ ਡਿਟੇਲ ਆ? ਇਹ ਭਾਈ ਦੂਜਾ ਸੂਆ ਸੋਣ ਵਾਲੀ ਜੇ, ਹਾਂਜੀ ਹਾਂਜੀ, ਮੀਣੀ ਹੈ ਝੋਟੀ ਹੈ, ਇਹ ਵੀ 1 ਹਫ਼ਤੇ ਤੋਂ 10 ਦਿਨ ਤੱਕ ਲੈ ਸਕਦੀ ਆ। 1 ਹਫ਼ਤੇ ਤੋਂ 10 ਦਿਨ, ਹਾਂਜੀ। ਅਤੇ ਸੂਆ ਦੂਜਾ ਇਹਦਾ ਵੀ? ਹਾਂਜੀ, ਦੂਜਾ ਸੂਆ ਸੋਣਾ ਜੀ। ਠੀਕ ਆ, ਕਿੰਨੀ ਕੁ ਮਿਲਕਿੰਗ ਦੀ ਆਸ ਹੈਗੀ ਹੈ ਵੀ ਜੇ ਆਪਾਂ ਇਹਦਾ ਸਟਰਕਚਰ ਵੇਖਦੇ ਹੋਏ ਗੱਲ ਕਰੀਏ ਤਾਂ? ਜੀ ਮਿਲਕਿੰਗ ਤਾਂ ਭਾਅ ਜੀ ਉੱਦਾਂ ਜਿੱਥੋਂ ਘਰੋਂ ਲਈ ਕਰਦੀ ਉਹਨਾਂ ਸਾਂਭੀ ਬੜੀ ਹੈ ਝੋਟੀ, ਵੈਸੇ ਪਹਿਲੇ ਸੂਏ ਕਹਿੰਦੇ ਸੀ 14-15 ਲੀਟਰ ਦੁੱਧ 'ਚ ਹੋਇਆ ਝੋਟੀ ਥੱਲਿਓ ਜੀ। ਬਾਕੀ ਆਪਾਂ ਚਲੋ ਕਹਿੰਦੇ ਹਾਂ ਕਿ ਅਗਲਾ ਆਪਣੀ ਸਮਝ ਨਾਲ ਹੀ ਖੜੇ, ਬਿਲਕੁਲ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਮੁੜ ਕੇ ਕਈ ਆ ਡੰਗਰ ਲੋਕ ਵੇਚਣ ਦਾ ਕਰਕੇ ਵੀ ਕਹਿੰਦੇ, ਬਾਕੀ ਵਜਨ ਦੇ ਤੌਰ ਤੇ ਮੈਂ ਉਦਾਂ 15-16 ਕਿਲੋ ਦੁੱਧ ਆਉਂਦਾ ਵੀ ਕੁਛ ਨਹੀਂ ਆ ਝੋਟੀ, ਕਿਉਂਕਿ ਬਹੁਤ ਪਲੀ ਆ। ਆਹ ਦਿਖਾਈਏ ਜੀ, ਆਹ ਵੇਖੋ ਵੀ, ਠੀਕ ਆ, ਆਹ ਫੇਸ ਕੁਆਲਿਟੀ ਦੇਖੋ, ਠੀਕ ਆ, ਇਹ ਟੇਢਾ ਘੱਟ ਆ ਗਿਆ ਨਾ ਬਾਈ? ਹਾਂਜੀ ਹਾਂਜੀ, ਇਹ ਨੀਲੀ ਦਾ ਵੀ ਨੀਲੀ ਚੌਂਦੀ ਹੈ, ਠੀਕ ਆ। ਅਤੇ ਭਾਰੇ ਸਰੀਰ ਦੀਆਂ ਦੋਸਤੋ ਬੋਡੀ ਬਣਤਰ ਤੁਸੀਂ ਵੇਖੋਗੇ ਤਾਂ ਬਹੁਤ ਘੱਟ ਮੱਝਾਂ ਝੋਟੀਆਂ ਹੁੰਦੀਆਂ ਵੀ ਐਡੇ ਸਰੀਰ ਦੇ ਵਿੱਚ ਐਡੀਆਂ ਪਲੀਆਂ ਪਲਾਈਆਂ, ਠੀਕ ਆ। ਟੇਢੇ ਘੱਟ ਦੇ ਵਿੱਚ ਜਿਹੜੀ ਨੀਲੀ ਰਾਵੀ ਦੀ ਆਪਾਂ ਦੋਸਤੋ ਇਹਨੂੰ ਝੋਟੀ ਕਹਾਂਗੇ, ਢੇਲੀ ਆ ਬਿਲਕੁਲ, ਸਿੰਘ ਥੱਲੇ ਨੂੰ ਮੀਨੀ ਵੀ ਤੁਸੀਂ ਕਹਿ ਸਕਦੇ ਹੋ, ਸਿੰਘ ਤਾਂ ਵੀਰ ਫਿਕਸ ਹੀ ਹੋਣੇ ਨਾ? ਹਾਂਜੀ ਹਾਂਜੀ, ਸਿੰਘ ਫਿਕਸ ਹੀ ਆ, ਸਿੰਘ ਫਿਕਸ ਆ। ਬਾਕੀ ਜਿਹੜਾ ਹਵਾਨਾ ਇਹ ਕਰੋ ਚੈੱਕ ਜੀ, ਠੀਕ ਆ, ਥਣ ਥੁਣ ਜਿਹੜਾ ਬਿਲਕੁਲ ਨੋਕ ਵਾਲਾ ਥਣ ਆ। ਅਤੇ ਆਹ ਦੇਖੋ, ਘੱਟੋ ਘੱਟ ਵੀ 8-10 ਕੁ ਦਿਨ ਹਜੇ ਸਮਾਂ ਲੈ ਜੂਗੀ। ਆਹ ਦੇਖੋ ਬੈਕ ਸਾਈਡ ਤੋਂ ਜੀ, ਸ਼ਾਨਦਾਰ ਕੁਆਲਿਟੀ ਦੀ ਜਿਹੜੀ ਦੋਸਤੋ ਇਹ ਝੋਟੀ ਆ, ਬਾਹਰ ਕੱਢ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਤਸੱਲੀ ਦੇ ਨਾਲ, ਠੀਕ ਆ। ਸੈਕਿੰਡ ਟਾਈਮਰ ਸੁਣ ਜਾ ਰਹੀ ਹੈ। ਹਾਂਜੀ ਵੀਰ ਜਗਜੀਤ, ਕੱਢ ਕੇ ਬਾਹਰ ਦਿਖਾਈਏ। ਵੀ ਕੋਈ ਇਕੱਲੀ ਕਹਿਣ ਦੀ ਨਹੀਂ ਗੱਲ ਹੈਗੀ ਦੋਸਤੋ, ਵੀ ਕੋਈ ਛੋਟੀ ਜਿਹੀ ਝੋਟੀ ਮੈਂ ਕਹਿ ਕੇ ਇੱਥੇ ਆਖਾਂ ਵੀ ਵੱਡੀ ਝੋਟੀ ਆ, ਤੁਸੀਂ ਬਹੁਤ ਦੂਰੋਂ ਦੁਰਾਡੇ ਆ ਜਾਣਾ ਹੁੰਦਾ ਚੀਜ਼ ਖਰੀਦਣ, ਅਤੇ ਜਿੰਨੀ ਚੀਜ਼ ਦੱਸੀ ਜਾਊਗੀ ਬਿਲਕੁਲ ਜਿਹੜੀ ਦੋਸਤੋ ਓਨੀ ਆ, ਤੁਹਾਨੂੰ ਅੱਖੀ ਵੇਖਣ ਦੇ ਵਿੱਚ ਨਜ਼ਰ ਵੀ ਆਊਗੀ। ਵੱਡੇ ਕੱਦਕਾਰ ਦੇ ਵਿੱਚ ਆ, ਹੈਵੀ ਬੋਡੀ ਵੇਟ ਆ, ਪਿੱਠ ਪੁੱਠਾ ਜਿਹੜਾ ਤੁਸੀਂ ਵੇਖ ਕੇ ਚੈੱਕ ਕਰ ਲਓ, ਥੱਬਿਆਂ ਦੇ ਥੱਬੇ ਆ, ਆਹ ਕਰੋ। ਅਤੇ ਘੱਟੋ ਘੱਟ ਵੀ 10 ਦਿਨ ਹਜੇ ਲੈ ਕੇ ਜਾਂਦੀ ਆ, 8-10 ਕੁ ਦਿਨ ਦਾ ਸਮਾਂ ਲੈ ਜੂਗੀ। ਬਣਾ ਥਣਾ ਜਿਹੜਾ ਕਾਫੀ ਖੁੱਲ੍ਹਾ ਬਣਾਉਣਾ, ਲੇਵਾ ਚੰਗਾ ਮਾਰੂਗੀ। ਆ ਵੇਖੋ, ਠੀਕ ਆ। ਅਤੇ ਜਗਜੀਤ ਭਾਈ, ਕਿੰਨਾ ਮੁੱਲ ਹੈ ਸਰ ਝੋਟੀ ਦਾ ਫਿਰ? ਮੁੱਲ ਤਾਂ ਭਾਅ ਜੀ ਉੱਦਾਂ ਐਡੀ, ਮੈਂ ਤਾਂ ਲੋਕ 2 ਲੱਖ ਹੀ ਕਰਦੇ ਆ। ਬਿਲਕੁਲ ਜੀ, ਪਰ ਆਪਾਂ 1.25 ਲੱਖ 'ਚ ਮਾਨ ਤਾਨ ਕਰਾਂਗੇ ਖੁੱਲ੍ਹਾ ਜੀ। 1.25 ਲੱਖ 'ਚ? ਹਾਂਜੀ, ਠੀਕ ਆ ਜੀ। ਹਾਂਜੀ, ਖੁੱਲ੍ਹਾ ਮਾਨ ਤਾਨ ਕਰਾਂਗੇ ਭਾਅ ਜੀ, 10,000 ਹੀ ਕਰਾਂਗੇ। ਲਓ ਵੀ, ਹਾਂ 10,000 ਹੀ ਕਰਨਾ ਵੱਡੀ ਭਾਅ ਜੀ, ਪਹਿਲੇ ਨੰਬਰ ਵਾਲੀ ਦਾ ਵੀ ਆਪਾਂ 1-10 ਗਿਆ, ਲੱਖ ਦੀ ਦੇਵਾਂਗੇ, 10,000 ਹੀ ਮਾਨ ਹੋਣਾ, ਬਹੁਤ ਚੰਗੀਆਂ ਝੋਟੀਆਂ ਵੇਖੋ ਜੀ। ਜੀ ਲਓ ਵੀ ਦੋਸਤੋ, 1.25 ਲੱਖ ਰੁਪਈਆ ਮੁੱਲ ਆ, ਅਤੇ 10,000 ਰੁਪਈਆ ਸਿੱਧਾ ਵੀਰਾਂ ਦਾ ਮਾਨ ਤਾਨ ਕਰ ਦਾਂਗੇ। ਵੱਡੀ ਝੋਟੀ ਆ, ਵੀ ਕੋਈ ਇਕੱਲੀ ਕਹਿਣ ਦੀ ਗੱਲ ਨਹੀਂ ਹੈਗੀ ਵੀ ਤੁਸੀਂ ਇੱਥੇ ਆਓਗੇ ਤਾਂ ਨਿਰਾਸ਼ ਹੋਵੋਗੇ। ਇਸ ਤੋਂ ਬਾਅਦ ਅਗਲੀ ਝੋਟੀ, ਅਗਲੀ ਜਿਹੜੀ ਮੱਝ ਹੋਵੇਗੀ ਦੋਸਤੋ, ਉਸਦਾ ਬੋਡੀ ਬਣਤਰ ਸਟਰਕਚਰ ਵੇਖ ਲਉਂਗੇ, ਅਤੇ ਗਿੱਠ ਜਿਹੜੀ ਉੱਚੀ ਹੈਗੀ, ਜਿਹੜੀ ਤੁਹਾਨੂੰ ਮੈਂ ਦੂਜੇ ਨੰਬਰ 'ਤੇ ਦਿਖਾਤੀ ਆ, ਟੇਢੇ ਕੱਟ ਵਾਲੀ, ਠੀਕ ਆ। ਮਾਨ ਤਾਨ ਖੁੱਲ੍ਹਾ ਹੋ ਜੂਗਾ, ਮਿਲਕਿੰਗ ਸੋਹਣੀ ਪਾ ਦੂਗੀ, ਇੱਕ ਵਾਰੀ ਥਣ ਜ਼ਰੂਰ ਦੇਖ ਲਓ। ਆਹ ਕਰੋ ਚੈੱਕ ਜੀ, ਆਹ ਦੇਖੋ, ਠੀਕ ਆ। ਇਸ ਤੋਂ ਬਾਅਦ ਨੈਕਸਟ ਜਿਹੜੀ ਆਪਾਂ ਤੁਹਾਨੂੰ ਅਗਲੀ ਮੱਝ ਦਿਖਾਉਣੀ ਆ,
ਇਹ ਵੀ ਤਕਰੀਬਨ ਕਿਤੇ ਨਾ ਕਿਤੇ ਨੀਲੀ ਰਾਵੀ ਦਾ ਪੱਖ ਹੀ ਆ, ਠੀਕ ਆ। ਅਤੇ ਬਿਲਕੁਲ ਜਿਹੜੇ ਮਾਰਕਿੰਗ ਵੇਖੋਗੇ, ਪੈਰ ਚਾਰੇ ਧੋਤੇ ਆ, ਪੂਛ ਵੀ ਉੱਪਰ ਤੱਕ ਵਾਈਟ, ਅਤੇ ਆਹ ਜਿਹੜਾ ਮੂੰਹ ਮੱਥਾ ਵੇਖੋ ਜੀ, ਠੀਕ ਆ, ਸਿੰਘਾਂ ਦੇ ਬਣਤਰ ਵੇਖ ਲਓ, ਮੂੰਹ ਮੱਥਾ ਵੇਖ ਲਓ, ਫੱਬ ਦੀ ਰੱਬ ਦੀ ਆ, ਹੈਵੀ ਬੋਡੀ ਵੇਟ ਆ, ਭਾਰੀ ਵਜਨਦਾਰ ਆ। ਅਤੇ ਬਾਈ ਜਗਜੀਤ ਵੀਰੇ ਕਿੰਨਾ ਕੀ ਹਿਸਾਬ ਕਿਤਾਬ, ਸੂਹਾ ਕਿੰਨਵਾਂ ਸੋਨਾ ਇਹਨੇ? ਇਹ ਭਾਅ ਜੀ ਤੀਜਾ ਸੂਹਾ ਸੋਨਾ ਲਈ ਜੇ। ਹਾਂਜੀ, ਇਹ ਬਸ 2 ਤੋਂ 4 ਦਿਨ ਖੜੂਗੀ, ਠੀਕ ਹੈ, 1-2 ਦਿਨ ਬਣੀ ਬੱਤਰੀ ਆ। ਬਾਕੀ ਚਮੜੀ ਵੇਖੋ, ਐ ਮੁਲਾਇਮ ਪਤਲੀ ਜਾਂ ਕਾਗਜ਼ ਵਰਗੀ ਚਮੜੀ ਜੇ, ਠੀਕ ਹੈ ਜੀ। ਹਾਂਜੀ, ਸੂਹਾ ਤੀਜਾ ਹੈ ਨਾ ਜੀ? ਹਾਂਜੀ, ਤੀਜਾ ਸੂਹਾ ਸੋਨਾ ਜੀ, ਤੀਜਾ ਸੂਹਾ ਸੋਨਾ। ਤੇ ਦਿਨ ਤਕਰੀਬਨ ਹਫਤੇ ਤੋਂ ਅੰਦਰ ਭਾਰੀ? ਹਾਂਜੀ, ਹਫਤੇ ਤੋਂ ਅੰਦਰ ਹੀ ਸੁੱਕੂਗੀ ਇਹ, ਬਸ 2-4 ਦਿਨ ਹੀ ਖੜਦੀ ਆ, ਠੀਕ ਹੈ। ਹਾਂਜੀ, ਬਣੀ ਬੱਤਰੀ ਬੱਤਰੀ ਆ, ਠੀਕ ਹੈ ਜੀ, ਹਫਤੇ ਤੋਂ ਅੰਦਰ ਭਾਰੀ ਸਮਾਂ ਲਊਗੀ, ਠੀਕ ਆ। ਆਹ ਦੇਖੋ ਜੀ, ਆਹ ਕਰੋ ਚੈੱਕ, ਠੀਕ ਆ। ਥਣ ਥੁਣ ਵੇਖੋ, ਸੋਹਣਾ ਥਣ ਹੈ, ਬਿਲਕੁਲ ਨੋਕਲਾ ਮੁੱਠੀ ਵਾਲਾ ਥਣ ਹੈ, ਠੀਕ ਆ। ਅਤੇ ਤਕਰੀਬਨ 4-5 ਦਿਨ ਹਫ਼ਤੇ ਦੇ ਅੰਦਰ ਬਾਰ ਸਮਾਂ ਵੀ ਜਾਂਦਾ ਵੀ ਲੈ ਕੇ ਜਾਊਗੀ। ਅਤੇ ਮੱਝ ਪੂਰੀ ਪਲੀ ਪਲਾਈ ਆ, ਠੀਕ ਆ। ਪਿੱਛੋਂ ਵੀ ਵੇਖੋਗੇ ਪੱਧਰ ਹੈਗੀ ਆ, ਪੱਧਰ ਥਣ ਲੇਵਾ। ਆਹ ਕਰੋ ਚੈੱਕ ਜੀ, ਆਹ ਦੇਖੋ, ਠੀਕ ਆ। ਅੱਛਾ ਜਗਦੀਪ ਵੀਰੇ, ਕਿੰਨਾ ਰੇਟ ਭਾਅ ਫੜਤਾ ਕੀ ਦਾ ਫਿਰ? ਇਹਦਾ ਭਾਅ ਜੀ ਆਪਾਂ 90,000 ਚ ਮਾਨਤਨ ਕਰਾਂਗੇ, 90 ਦੇ ਵਿੱਚ। ਹਾਂਜੀ, ਠੀਕ ਆ। ਇਹਦਾ ਵੀ 10,000 ਹੀ ਕਰਨਾ ਵਾ, 80,000 ਦੀ ਦੇਵਾਂਗੇ ਛੋਟੀ। ਪਰ ਛੋਟੀ ਵੇਖੋ ਕਿੱਦਾਂ ਵਾਲੀ, ਕਿੱਡੀ ਪਲੀ ਹੈ ਵੇਖੋ, ਐਡੀ ਮੈਂ ਆਉਂਦੀ ਨਹੀਂ ਵੈਸੇ। ਜਗਜੀਤ ਭਾਈ, ਜਿਹੜੇ ਭਾਅ ਨਾਲ ਤੁਸੀਂ ਵਪਾਰੀ ਵੀਰਾਂ ਨੂੰ ਦਿੰਦੇ ਹੋ ਨਾ, ਹਾਂਜੀ, ਉਸੇ ਭਾਅ ਪੜਦੇ ਨੇ ਆਪਾਂ ਆਪਦੇ ਭੈਣ ਭਰਾਵਾਂ ਨੂੰ ਦੇਣੀਆਂ ਜੀ। ਮੈਂ ਕਿਹਾ ਭਾਜੀ ਭਾਅ ਨਾਲ ਵੇਖੋ, ਵੀਰ ਮੇਰੇ ਇੱਥੇ ਆਣ ਕੇ ਵੇਖਣ, ਜਿੰਨਾ ਵੀ ਵੀਰਾਂ ਨੇ ਮੱਝਾਂ ਲੈਣੀਆਂ, ਇਹ ਨਹੀਂ ਕਿ ਮੁੱਲ ਵੇਖ ਕੇ ਆਖਣ, ਇੱਥੇ ਆਉਣ ਪਸੰਦ ਕਰਨ, ਮੱਝਾਂ ਫੇਰ ਆਖਣ ਕੇ ਵਾਕਿਆ ਹੀ ਸਹੀ ਆ ਕਿ ਗੱਲ ਤੇ। ਬਿਲਕੁਲ, ਮੱਝਾਂ ਵੇਖਣ ਆਣ ਕੇ ਇੱਥੇ ਹੋਰ। ਆਹ ਕਰੋ ਚੈੱਕ ਵੀ, ਠੀਕ ਆ। ਇਹ ਵੀ ਦੋਸਤੋ ਤੁਹਾਨੂੰ ਐਸੀ ਜਗ੍ਹਾ ਤੇ ਲੈ ਕੇ ਖੜਾ ਕਰ ਦਿੱਤਾ ਵੀ ਜਿੱਥੋਂ ਇੱਕ ਨੀ 10 ਨੀ, ਵੀ ਲਾਗੇ ਬੰਨੇ ਦੇ ਪੂਰੇ ਇਲਾਕੇ ਦੇ ਨੀ, ਵੀ ਦੂਜੀ ਬੈਲਟ ਦੇ ਵਪਾਰੀ ਵੀ ਜਿਹੜੇ ਮਾਲ ਪਸ਼ੂ ਲੈ ਕੇ ਜਾਂਦੇ ਆ ਵੀਰ ਜਗਜੀਤ ਦੇ ਕੋਲੋਂ ਪਿੰਡ ਕੰਗ, ਠੀਕ ਆ, ਕਾਫੀ ਪਸ਼ੂ ਲੈ ਕੇ ਜਾਂਦੇ ਆ। ਆਪਦਾ ਪਾਪੜਤਾ ਵੇਖਦੇ ਆ ਵੀ 2 ਪਸ਼ੂ ਲਿਜਾਣੇ ਆ, 3 ਲਿਜਾਣੇ ਆ, ਉਹਨੇ ਪਸ਼ੂ ਜਿਹੜੇ ਖਰੀਦ ਕੇ ਜ਼ਰੂਰ ਲਿਜਾਂਦੇ ਆ, ਠੀਕ ਆ। ਅਤੇ ਤੁਹਾਨੂੰ ਜਿਹੜੇ ਡਾਇਰੈਕਟ ਆਪਾਂ ਇਸ ਘਰੋਂ ਐਂਟਰੀ ਮਿਲਾ ਦਿੱਤੀ ਆ, ਵੀਰਾਂ ਦਾ ਵੀ ਆਪਾਂ ਭੈਣ ਭਰਾਵਾਂ ਨੂੰ ਸਿੱਧੇ ਪਸ਼ੂ ਵੀ ਪਹੁੰਚਾ ਦਈਏ, ਠੀਕ ਆ। ਤੇ ਇਹ 80 ਦੀ ਹੋ ਜੂ ਨਾ? ਹਾਂਜੀ, ਹੋ ਜੂਗੀ ਹੋ ਜੂਗੀ। ਤੇ ਛੋੜ ਛਾੜ ਕਰਾਂਗੇ ਬਾਕੀ ਜਗਜੀਤ ਭਾਈ, ਮਾਨਤਨ ਫੁੱਲ ਹੋਊਗਾ। ਹਾਂ ਵੀਰ, ਕਈ ਕਹਿ ਦਿੰਦੇ ਹੁੰਦੇ ਆ ਵੀ ਯਾਰ ਵਪਾਰੀ ਵੀਰ ਨੇ ਕਿਸੇ ਨੇ ਆਪਦਾ ਰੇਟ ਤਾਂ ਡਿਮਾਂਡ ਕਰਨੀ ਹੁੰਦੀ ਹੈ। ਹਾਂਜੀ ਹਾਂਜੀ, ਪਰ ਕਈ ਵੀਰਾਂ ਦੀ ਇੱਛਾ ਹੁੰਦੀ ਹੈ ਵੀ ਯਾਰ ਡਿਮਾਂਡ ਤਾਂ ਅਗਲੇ ਵਪਾਰੀ ਵੀਰ ਕਰ ਲੈਂਦੇ, ਪਰ ਅਸੀਂ ਆਪਦੇ ਹਿਸਾਬ ਨਾਲ ਵੀ ਜਿੰਨੀ ਸਾਨੂੰ ਸਮਝ ਆਉਂਦੀ ਆ ਅਸੀਂ ਆਪਦੇ ਹਿਸਾਬ ਨਾਲ ਹੀ ਮੁੱਲ ਲਾਈਏ। ਹਾਂਜੀ, ਤੇ ਕੋਈ ਗੁੱਸੇ ਵਾਲੀ ਗੱਲ ਥੋੜੀ ਨਹੀਂ, ਗੁੱਸਾ ਗਿਲਾ ਕੋਈ ਨਹੀਂ, ਜਿੰਨੀ ਅਗਲੇ ਦੀ ਸੋਚ ਸਮਝ ਆਉਂਦੀ ਹੈ ਅਗਲੇ ਨੂੰ। ਵੀਰ ਭਰਾ ਫੋਨ ਲਾਉਂਦੇ ਆ ਕਈ, ਹੁਣ ਵੀ ਆ ਵੀਡੀਓ ਪਾਈ ਦੀਆਂ, ਚਲੋ ਕਈ ਘੱਟ ਵੀ ਲਾਉਂਦੇ, ਆਪਾਂ ਗੁੱਸਾ ਕੋਈ ਨਹੀਂ ਆ, ਬਸ ਬਸ ਆਪਣੀ ਸਮਝ ਹੁੰਦੀ ਆ। ਤੁਸੀਂ ਆਪਦਾ ਪਰਦਾ ਵੇਖਣਾ, ਬਿਲਕੁਲ ਬਿਲਕੁਲ, ਕੋਈ ਜਲ ਪਾਣੀ ਨਿਕਲਦਾ ਤਾਂ ਆਪਾਂ ਸੇਲ ਕਰਨ ਦੀ ਹਰ ਜਗ੍ਹਾ, ਬਿਲਕੁਲ, ਕਿਸੇ ਨੂੰ ਭਾਗ ਨਾਲ ਵਾਰਾ ਖਾਂਦੀ ਚੀਜ਼ ਲੈਣੀ ਆ, ਕਿਸੇ ਨੇ ਪੈਸੇ ਦੇਣੇ ਚੀਜ਼ ਲੈਣੀ, ਬਿਲਕੁਲ ਕੋਈ ਗੁੱਸਾ ਕੋਈ ਨਹੀਂ, ਬਿਲਕੁਲ। ਹਾਂਜੀ, ਮੱਝਾਂ ਦੋਸਤੋ ਇੱਕ ਤੋਂ ਇੱਕ ਵੱਧ ਨੇ, ਅਗਲੀ ਝੋਟੀ ਆ, ਤਕਰੀਬਨ ਪੁੱਛ ਲੈਂਦੇ ਹਾਂ, ਝੋਟੀ ਸੋਹਣੀ ਜਾਪਦੀ ਆ, ਠੀਕ ਹੈ, ਨਵੀਂ ਝੋਟੀ ਆ, ਤੇ ਪੁੱਛ ਲੈਣੇ ਵੀਰ ਤੋਂ। ਜਗਜੀਤ ਭਾਈ, ਸੂਬਾ ਪਹਿਲਾ ਕਿ ਦੂਜਾ? ਇਹ ਪਹਿਲਾ ਸੂਬਾ ਭਾਜੀ, ਠੀਕ ਆ। ਸੂਈ ਨੂੰ ਅੱਜ 3 ਦਿਨ ਹੋ ਗਏ ਆ, ਕੱਟੀ ਆ ਮਗਰ, ਠੀਕ ਆ। ਹਾਂਜੀ, ਬੋਲੇ ਦੇ ਝੋਟੀ ਜੇ ਆਵੇ ਭਲ ਵੀ ਆ, ਮਤਲਬ ਰਾਤੀ ਸਾਫ਼ ਕੀਤੀ ਆਪਾਂ, ਠੀਕ ਆ, ਇਹ ਭਲ ਇੱਕ ਪਾਸੇ। ਹਾਂਜੀ, ਭਲ ਕਰ ਗਈ ਆ ਭਾਜੀ, ਉਹ ਗਿੱਲੇ ਗਿੱਲੇ ਪੱਠੇ ਖਾਂਦੇ ਨਾ ਹਰੇ ਭਰੇ ਨਾ, ਚੋਣ ਚੋਣ। ਬਾਕੀ ਭਾਜੀ ਬਹੁਤ ਜ਼ਿਆਦਾ ਠੰਡੀ ਨਿਕਲੀ ਆ, ਕਿਤੇ 1 ਦਿਨ ਵੀ ਔਲ ਨਹੀਂ ਕੀਤੀ, ਠੀਕ ਹੈ ਜੀ। ਹਾਂਜੀ, ਬਹੁਤ ਝੋਟੀ ਸਾਫ਼ ਆਵੇ ਭਲ ਆ, ਆਪਾਂ ਤੇ ਬੱਚਾ ਲਾ ਕੇ ਵਿਖਾ ਦਿੰਦੇ ਆ, ਚੋਣ 1 ਨੰਬਰ ਦੀ ਕਿਤੇ ਝੋਟੀ।
ਠੀਕ ਆ ਦੇਵਾ ਸੋਹਣਾ ਕਰਵਾ ਲਈ ਜਾਂਦੀ ਹੈ ਝੋਟੀ ਭਾਜੀ ਤਿਆਰ 8 ਲੀਟਰ ਬੋਲਾ ਹੋਣ ਭਾਜੀ ਰੈਡੀ ਐ ਇਸ ਵਕਤ ਤਿਆਰ ਜਿਹੜਾ ਵਾ ਹਾਂਜੀ ਝੋਟੀ 11 12 ਕਿਲੋ ਦੁੱਧ ਕਰੂਗੀ ਜਿੰਨੀ ਕਰ ਤੂੰ ਦਾ 8 ਕਿਲੋ ਬੋਲੇ ਤੋਂ ਸਟਾਰਟਿੰਗ ਹੋਈ ਆ ਅੱਛਾ ਜਗਜੀਤ ਭਾਈ ਦਿਨ ਕਿੰਨੇ ਦੱਸਿਆ ਸੂਈ ਨੂੰ ਤੀਜਾ ਦਿਨ ਸੂਈ ਨੂੰ ਭਾਜੀ ਨਾਲੂ ਨਾਲ ਆਪਾਂ ਹਾਂਜੀ ਕੱਟੀ ਨਾਲ ਆਪਾਂ ਕੱਟੀ ਨਾਲ ਹਾਂਜੀ ਆਪ ਵੀ ਕੱਟੀ ਆ ਬਾਕੀ ਸਿੰਗਾਂ ਦੀ ਬਣਤਰ ਫੇਸ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਆ ਕਰੋ ਚੈੱਕ ਠੀਕ ਆ ਜੀ ਆ ਦੇਖੋ ਆ ਫੇਸ ਕੁਆਲਿਟੀ ਜੇ ਤੇ ਇੱਕ ਬੰਨੇ ਪਾਲ ਆ ਉਲਟ ਬਹਿਣੀ ਵਾਲੇ ਪਾਸੇ ਜਿਹੜੀ ਪਾਲ ਪਾਈ ਹੋਈ ਆ ਠੀਕ ਆ ਉਹ ਕੋਈ ਵੀਰ ਇਹ ਨਾ ਸਮਝੇ ਕਈ ਨਾ ਵੀਰਾਂ ਨੂੰ ਹੋਰ ਸਮਝ ਆਉਂਦੀ ਆ ਵੀ ਕੋਈ ਸਾਈਡ ਸੂਡ ਵਾਲਾ ਕੰਮ ਨਹੀਂ ਗਾ ਵੀ ਇੱਕ ਦਿਨ ਤੁਸੀਂ ਇੱਥੇ ਆ ਕੇ ਵੇਖ ਸਕਦੇ ਹੋ ਕੱਲ੍ਹ ਨੂੰ ਪਰਸੋਂ ਜਦੋਂ ਮਰਜ਼ੀ ਅੱਜ ਆਪਾਂ 16 ਨੂੰ ਜਿਹੜੀ ਵੀਡੀਓ ਬਣਾ ਰਹੇ ਹਾਂ ਅਤੇ ਤੁਸੀਂ ਆਣ ਕੇ ਉਹਦੀ ਵਿਜਿਟ ਕਰਕੇ ਤਸੱਲੀ ਕਰ ਸਕਦੇ ਹੋ ਠੀਕ ਆ ਅਤੇ ਇਹਨੂੰ ਦੇਣ ਵੀ 3 ਹੋਏ ਆ ਮਗਰ ਕੱਟੀ ਆ ਅਤੇ ਹੁਣ ਬੋਲੇ ਦੇ ਵਿੱਚ ਕਿੰਨੀ ਕੁ ਆਪਾਂ ਮਤਲਬ ਕਿ ਚੋਈ ਹੈ ਮਤਲਬ ਕਿ 8 ਕਿਲੋ ਭਾਜੀ ਸਾਫ਼ ਕਰਤੀ ਰਾਤ ਦੀ ਅਤੇ 4 ਕਿਲੋ ਦੁੱਧ ਹੁਣ ਵੀ ਵੀਰ ਮੇਰਾ ਕੋਈ ਸ਼ਾਮ ਨੂੰ ਆਵੇ ਸਵੇਰੇ ਜਿੰਨੇ ਟਾਈਮ ਮਰਜ਼ੀ ਚੋਵੇ 8 ਕਿਲੋ ਦੁੱਧ ਹੁਣ ਇਸ ਵਕਤ ਮਤਲਬ ਕਿ ਰੈਡੀ ਚਲੋ ਬੋਲਾ ਹਟ ਗਿਆ ਸਮਝ ਲਓ ਹੁਣ ਦੁੱਧ ਹੀ ਲਾ ਲਓ ਠੀਕ ਹੈ ਭਰਾ ਹਾਂਜੀ 8 ਕਿਲੋ ਦੁੱਧ ਤੋਂ ਸਟਾਰਟਿੰਗ ਹੋਈ ਆ ਅੱਛਾ ਅਤੇ ਇਹਦਾ ਵੀਰ ਜਗਜੀਤ ਲੈ ਦੇ ਕੀ ਕਰਦੇ ਆ ਕਿੰਨੇ ਕੁ ਦੀ ਦੇ ਦਾਂਗੇ ਭੈਣ ਭਰਾਵਾਂ ਨੂੰ ਇਹ ਭਾਜੀ ਮੁੱਲ ਤਾਂ ਭਾਵੇਂ ਕਰ ਨੂੰ ਜੋ ਮਰਜ਼ੀ ਕਰੀ ਜਾਈਏ 85 ਦਾ ਕਰਦੇ ਆ ਤੇ 75,000 ਦੀ ਝੋਟੀ ਆਪਾਂ ਦੇਵਾਂਗੇ 75,000 ਹਾਂਜੀ ਬਾਕੀ ਪਹਿਲਾ ਸੂਆ ਵਾ ਝੋਟੀ ਠੰਡੀ ਤੀਰੀ ਆਣ ਕੇ ਵੀਰ ਮੇਰਾ ਕੋਈ ਬੱਚਾ ਛੱਡ ਕੇ ਚੋਕ ਸਲੀ ਕਰਕੇ ਖੜੇ ਬਹੁਤ ਹੀ ਠੰਡ ਟੌਪ ਦਾ ਕੱਢਦੀ ਟਾਈਮ ਥੋੜਾ ਨਹੀਂ ਤਾਂ ਆਪਾਂ ਬੱਚਾ ਲਾ ਕੇ ਦਿਖਾਈਏ ਵੀਰ ਜੀ ਦਿਖਾ ਦਿਓ ਝੋਟੀ ਆ ਦੋਸਤੋ ਪਹਿਲਾ ਸੂਆ ਨਵੀਂ ਝੋਟੀ ਆ ਕੋਈ 2-4 ਸੂਏ ਪੀ ਕੇ ਤੁਸੀਂ ਬੇਸ਼ੱਕ ਫਿਰ ਵੀ ਚੀਜ਼ ਨੂੰ ਸੇਲ ਕਰ ਸਕਦੇ ਹੋ ਤੇ ਹਵਾਨਾ ਮੈਂ ਤੁਹਾਨੂੰ ਦਿਖਾਊਂਗਾ ਪਲਾਂ ਦੇ ਵਿੱਚ ਹੈਗੀ ਆ ਬੇਸ਼ੱਕ ਕਿਉਂ ਤਾਜ਼ੀ ਸੂਈ ਆ ਅੱਜ ਤੀਜੇ ਦਿਨ ਦੇ ਵਿੱਚ ਅਤੇ ਪਲ ਜ਼ਰੂਰ ਹੈਗੀ ਆ ਬਾਕੀ ਖਾਣ ਖੂਣ ਦਾ ਸਾਈਜ਼ ਬਹੁਤ ਵਧੀਆ ਬੱਚਾ ਆਹ ਕੱਟੀ ਦੇਖ ਲਓ ਜੀ ਠੀਕ ਆ ਨਾੜੂ ਨਾਲ ਹੈ ਜੇ ਬੱਚੇ ਦੇ ਹਾਂਜੀ ਆਹ ਕੱਟੀ ਦੇਖ ਲਓ ਜੀ ਇਹ ਕੱਟੀ ਹੈ ਨਾਲ ਨਾੜੂ ਬੱਚੇ ਦੇ ਨਾਲ ਠੀਕ ਹੈ ਮਗਰ ਫੀਮੇਲ ਕਾਪ ਆ ਠੀਕ ਆ ਖਾਣ ਥੂਣ ਜਿਹੜਾ ਦੋਸਤੋ ਵਧੀਆ ਬਿਲਕੁਲ ਮੁੱਠੀ ਵਿੱਚ ਆਉਣ ਵਾਲੇ ਥਾਣਾ ਬਹੁਤ ਹੀ ਥਾਣ ਬਾਜੀ ਟੌਪ ਦਾ ਹੋਰ ਲੰਮਾ ਕਰਦੀ ਹੈ ਬਹੁਤ ਠੰਡ ਆਉਂਦਾ ਦੂਜਣਾ ਵਾਲਾ ਹੀ ਕੱਢਦੀ ਆ ਠੀਕ ਹੈ ਭਰਾ ਸਮਾਨ ਬਹੁਤ ਵਧੀਆ ਥਾਣ ਕੱਢਦੀ ਹੈ ਠੀਕ ਹੈ ਤੇ ਜਗਜੀਤ ਵੀਰੇ ਅਗਲੀ ਇਸ ਸਮਾਜ ਦੀ ਕੀ ਹੁਣ ਡਿਟੇਲ ਆ ਇਹ ਵੀ ਭਾਜੀ ਤੇ ਜਸੂਆ ਸੂਈ ਆ ਤੀਜਣ ਹਾਂਜੀ ਇਹਨੂੰ 10 ਤੋਂ 15 ਦਿਨ ਕਰੀਬ ਹੋ ਗਿਆ ਸੂਈ ਨੂੰ ਅੱਛਾ ਜੀ ਇਹ ਮੈਂ 10 ਲੀਟਰ ਦੁੱਧ ਹਾਜ਼ਰ ਆ ਉਦਾਂ ਅੱਖ ਨੂੰ ਭਾਵੇਂ 11-12 ਕਿਲੋ ਵੀ ਆਖੀ 10 ਕਿਲੋ ਦੁੱਧ ਆਪਣੇ ਘਰ ਕੋਈ 2 ਟਾਈਮ 3 ਟਾਈਮ ਜਿੰਨੇ ਟਾਈਮ ਮਰਜ਼ੀ ਚੋਗ ਤਸੱਲੀ ਕਰਕੇ 10 ਲੀਟਰ ਹਾਂਜੀ ਪੱਕਾ ਕੰਡੇ ਵਾਲਾ ਮਗਰ ਬੱਚਾ ਕੱਟੀ ਦੇ ਕੱਟਾ ਜੇ ਇਹਦੇ ਮਗਰ ਇਹਦੇ ਮਗਰ ਕੱਟਾ ਤੇ 10 ਕੁ ਦਿਨ ਸੂਆ ਹਾਂਜੀ 10 ਕੁ ਦਿਨ ਦਾ ਸਮਾਂ ਹੋ ਗਿਆ ਤੇ 10 ਲੀਟਰ ਜਿਹੜਾ ਬਿਲਕੁਲ ਹਾਜ਼ਰ ਆ ਦੁੱਧ ਜੇ ਭਾਜੀ ਕਰੂਗੀ ਜਿੱਥੋਂ ਲਈ ਉਹਨਾਂ ਸੇਵਾ ਸੁਆ ਨਹੀਂ ਉਦਾਂ ਕੀਤੀ ਦੁੱਧ ਆਉਂਦੇ ਕਿ ਸੇਵਾ ਬੰਦ ਛੱਡ ਪਾਓਗੇ ਤੇ 14-15 ਲੀਟਰ ਮੈਂ ਦੁੱਧ ਉਧਰੋਂ ਆਈ ਪਿਛਲੇ ਸੂਏ ਦਾ ਵੱਡੀ ਮਾਝਾ ਜੀ ਉਹਨਾਂ ਮਾਲਵੇ ਤੋਂ ਲਿਆਂਦੀ ਹੈ ਮੈਂ 14-15 ਲੀਟਰ ਦੁੱਧ ਚਵਾਉਗੀ ਵੱਡੀ ਮਾਝਾ ਦੋਸਤੋ ਤੇ ਮਗਰ ਕੱਟਾ ਮੇਲ ਕਾਫ ਆ ਠੀਕ ਆ ਲਓ ਵੀ ਦੋਸਤੋ ਤੀਜਾ ਸੂਆ ਬਿਲਕੁਲ ਸੂਈ ਆ 10 ਕੁ ਦਿਨ ਦਾ ਸਮਾਂ ਤੇ ਮਗਰ ਜਿਹੜਾ ਮੇਲ ਕਾਫ ਆ ਆਹ ਥਣ ਲੇਵਾ ਚੈੱਕ ਕਰੋ ਠੀਕ ਆ ਆਹ ਕਰੋ ਜੀ ਚੈੱਕ ਆਹ ਦੇਖੋ ਆਹ ਦੇਖੋ ਮੇਰਾ ਵੀਰ ਠੀਕ ਆ ਕੱਲਾ ਕੱਲਾ ਥਾਣਾ ਨਿਕਲਵਾ ਥਾਣਾ ਸਪੇਸ ਪੂਰੀ ਆ ਵਿੱਚ ਵੱਡੀ ਮਾਝਾ ਵੀ ਵੀਰਾਂ ਦਾ ਵੀ ਹੁਣ ਘੱਟੋ ਘੱਟ ਵੀ 10 ਲੀਟਰ ਅੱਜ 10 ਦਿਨਾਂ ਦੇ ਦੌਰਾਨ ਤੇ ਦੁੱਧ ਖੁੱਲ੍ਹਾ ਪਾਊਗੀ ਹਜੇ ਟਾਈਮ ਦੇਣਾ ਪੈਣਾ ਇਹਨੂੰ ਕਿਉਂਕਿ ਹਜੇ ਸੂਆ 10 ਕੁ ਦਿਨ ਦਾ ਹੀ ਹੈ ਅਤੇ ਸੂਆ ਤੀਜਾ ਸੂਈ ਆ
ਸਪੇਸ ਪੂਰੀ ਸੋਹਣੀ ਆ, ਲੰਬਾਈ ਥਣਾਂ ਦੀ ਚੰਗੀ ਆ, ਮੁੱਲ ਆਪਾਂ ਵੀਰ ਤੋਂ ਪੁੱਛ ਲੈਂਦੇ ਆ। ਜਗਜੀਤ ਵੀਰੇ ਲੈ ਦੇ ਕੀ ਕਰਦੇ ਆ? ਇਹਦਾ ਮੁੱਲ ਭਾਜੀ ਭਾਵੇਂ 90,000 ਕਰੀਏ ਵੀ 80,000 ਦੀ ਝੋਟੀ ਦੇਵਾਂਗੇ। 80,000? ਹਾਂਜੀ 80,000 ਦੀ ਦੇਵਾਂਗੇ, ਹੋਰ ਵੀ ਵਿੱਚੋਂ ਛੋੜ ਛਾੜ ਕਰਾਂਗੇ। ਬਾਕੀ ਮੈਂ ਵੇਖੋ ਕਿੱਡੀ ਆ, ਆਹ ਵੇਖੋ ਵੀ ਵੱਡੀ ਮੈਂ ਜਦੋਂ ਦੋਸਤੋ ਕਈ ਆਪਾਂ ਕਹਿ ਦਿੰਦੇ ਨਾ ਵੱਡੀ ਮੱਝ ਆ, ਤੇ ਵੱਡੀ ਮੱਝ ਹੀ ਆ, ਠੀਕ ਆ। ਆਹ ਮੂੰਹ ਮੱਥਾ ਫੇਸ ਕੁਆਲਿਟੀ ਵੇਖੋ, ਆਹ ਬਹਿਣੀ ਵਾਲੇ ਪਾਸੇ ਤੋਂ ਇੱਕ ਵਾਰੀ ਥਣ ਜ਼ਰੂਰ ਦੇਖੋ। ਆਹ ਕਰੋ ਚੈੱਕ ਜੀ, ਠੀਕ ਆ, ਦੁੱਧ ਕੱਢ ਦੂਗੀ, ਚੰਗਾ ਕੱਢ ਦੂਗੀ, ਠੀਕ ਆ। ਬਾਕੀ ਸੇਵਾ 'ਤੇ ਡਿਪੈਂਡ ਆ ਹਰ ਇੱਕ ਦੀ, ਜਿਹੜਾ ਵੀਰ ਕੋਈ ਚੰਗੀ ਸੇਵਾ ਕਰ ਲੂਗਾ ਤਾਂ ਸ਼ਾਇਦ ਤੁਸੀਂ 12 ਤੋਂ ਤਾਂ ਵੀ ਚੋਲੋ, ਨਹੀਂ ਤਾਂ 10 ਲੀਟਰ ਤਾਂ ਹੁਣ ਤੁਹਾਨੂੰ ਚਵਾਈ ਕਰਕੇ ਜਿਹੜੇ ਵੀਰਾਂ ਦਾ ਵੀ ਆਪਾਂ ਤੋਰਾਂਗੇ, ਠੀਕ ਆ। ਕੋਈ ਵੀਰ ਜਦੋਂ ਘਰੇ ਵਿਜਿਟ ਕਰੂਗਾ, ਖੁੱਲ੍ਹ ਗਏ ਵੀਰੇ ਨੂੰ ਵੀ ਕੱਦ ਕੱਠ ਜਿਹੜਾ ਫੁੱਲ ਆ, ਠੀਕ ਆ, ਵੱਡੀਆਂ ਮੱਝਾਂ ਦੇ ਵਿੱਚ ਜਿਹੜੀ ਦੋਸਤੋ ਇਸ ਮੱਝ ਦੀ ਹਾਈਟ ਆ ਅਤੇ ਸੂਆ 3, ਠੀਕ ਆ, ਮਗਰ ਮੇਲ ਕਾਫ ਆ ਦੁੱਧ। ਹੁਣ ਹਾਜ਼ਰ ਜਿਹੜਾ ਕਿਸੇ ਵੀਰ ਨੇ ਚੋਣਾ, ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦਿੰਦਾ, 10 ਲੀਟਰ ਦੀ ਤੁਸੀਂ ਚਵਾਈ ਕਰ ਲਿਓ, ਠੀਕ ਆ। ਠੀਕ ਆ ਵੀਰ, ਤੇ ਮੁੱਲ ਜੀ ਜੀਤੇ ਤਾਂ ਵੀਰ 80,000 ਕਹਿੰਦੇ? 80,000 ਦੀ ਦੇਵਾਂਗੇ, ਬਾਕੀ ਛੋੜ ਛਾੜ ਵੀ ਕਰਾਂਗੇ ਭਾਜੀ, ਕੋਈ ਦੂਰੋਂ ਨੇੜੇ ਆਊਗਾ ਵੀਰ ਭਰਾ ਤੇ ਛੋੜ ਕਰਕੇ ਕਰਾਂਗੇ ਜ਼ਰੂਰ। ਹਾਂਜੀ ਵੀ ਇਹ ਦੋਸਤੋ ਜਿਹੜੀਆਂ ਕੋਈ ਹੋਰ ਭਰਾ ਵੀ 80-90 ਜਾਂ ਲੱਖ-ਲੱਖ ਡੇਢ, ਹੈ ਨਾ ਵੀ 1,00,000 10-20,000 ਮੁੱਲ ਕਰਦੇ ਆ, ਉਹ ਚੀਜ਼ ਆ ਵੀ ਜਿਹੜੀ ਡਾਇਰੈਕਟ ਵੀ ਲੈ ਦੇਣੀ ਆ ਕਿਸੇ ਵੀਰ ਨੂੰ ਅੱਜ ਦੇ ਸਮੇਂ ਦੇ ਵਿੱਚ। ਵਾਧੂ ਮੱਝਾਂ ਨੇ, ਮੱਝਾਂ ਦੀ ਕੋਈ ਘਾਟ ਨਹੀਂ ਹੈਗੀ, ਕਮੀ ਮੱਝਾਂ ਦੀ ਨਹੀਂ। 8-10 ਮੱਝਾਂ ਤੁਹਾਨੂੰ ਆਪਾਂ ਅੱਜ ਇੱਕੋ ਘਰੋਂ ਦਿਖਾਤੀਆਂ, ਇੱਥੋਂ ਵਪਾਰੀ ਵੀਰ ਵੀ ਲੈ ਕੇ ਜਾਂਦੇ ਆ, ਠੀਕ ਆ। ਅਗਲੇ ਬੰਨੇ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਹਾਂ ਸੂਏ ਦੇ ਵਿੱਚ, ਬਿਲਕੁਲ ਜਿਹੜੀ ਦੋਸਤੋ ਅੱਜ ਭਲਕੀ ਸੂਈ ਲੱਗਦੀ ਹੈ। ਬਾਕੀ ਆਪਾਂ ਵੀਰ ਤੋਂ ਪੁੱਛਦੇ ਹਾਂ ਬਈ ਜਗਜੀਤ, ਕਿੰਨਵਾਂ ਸੂਆ ਤੇ ਦਿਨ ਕਿੰਨੇ ਕੁ ਹੋ ਗਏ ਨੇ? ਇਹ ਭਾਜੀ ਦੂਜਾ ਸੂਆ ਸੂਈ ਆ। ਹਾਂਜੀ, ਤੇ ਰਾਤ ਦੀ ਸੂਈ ਆ ਤੜਕੇ ਜੇ। ਅੱਛਾ ਜੀ। ਹਾਂਜੀ, ਪਹਿਲੀ ਇੱਕੋ ਚਵਾਈ ਕੀਤੀ ਸਵੇਰੇ ਆਪਾਂ ਜੇਰ ਜੂਰ ਪਾਈ ਤੋਂ ਬਾਅਦ 2-2.5 ਕਿਲੋ ਭਾਜੀ ਬੋਲਾ ਚੋਇਆ ਸਿਰਫ, ਠੀਕ ਆ। ਹਾਂਜੀ, ਕੱਟੇ ਨੂੰ ਚੰਗਾ ਕੇ 2-2.5 ਕਿਲੋ ਅਜੇ ਹੌਲੀ ਕੀਤੀ ਆ, ਠੀਕ ਆ। ਹਾਂਜੀ, ਸੂਆ ਦੂਜਾ ਕਿ ਤੀਜਾ? ਨਹੀਂ ਦੂਜਾ ਸੂਆ ਜੀ, ਦੂਜਾ। ਹਾਂਜੀ, ਠੀਕ ਆ। ਮਗਰ ਕੱਟਾ ਆ ਗਿਆ? ਹਾਂਜੀ, ਕੱਟਾ ਵੀ ਬੜਾ ਪਲਿਆ ਪਲਾਇਆ ਹੈ। ਆਹ ਕੱਟਾ ਵੇਖੋ ਜੀ, ਆਹ ਬੱਚਾ ਜੀ, ਠੀਕ ਆ, ਕੋਈ 2-2.5 ਲੀਟਰ ਹੀ ਬੋਲਾ ਕੱਢਿਆ ਹਜੇ, ਜਸਟ ਰਾਤ ਹੀ ਸੂਈ ਆ, ਜੇਰ ਆਪਣੇ ਆਪ ਜਿਹੜੀ ਆ ਪ੍ਰੋਪਰ ਪੈ ਗਈ ਵੀਰਾਂ ਦਾ, ਰਾਤ ਹੀ ਜੇਰ ਪੈ ਗਈ ਆ ਜੇਰ ਦੀ ਭਾਜੀ। ਆਪਾਂ ਵੀਡੀਓ ਵੀ ਬਣਾਈਗੇ ਵੀਰ ਭਰਾ ਨੂੰ ਵਿਖਾਵਾਂਗੇ। ਜੀ ਜੀ ਹਾਂਜੀ, ਥਣ ਥੁਣ ਵੀ ਪੂਰੀ ਸੋਹਣੀ ਵੰਡ ਦੇ ਨਾਲ ਲੱਗਾ ਵੇਖੋ, ਠੀਕ ਆ। ਆਹ ਕਰੋ ਚੈੱਕ ਜੀ, ਆਹ ਦੇਖੋ, ਠੀਕ ਆ ਵੀ ਕਮਾਲਾਂ ਕਰੀ ਪਈ ਆ ਵੀ, ਜਿਵੇਂ ਆਪਾਂ ਨੀਲੀ ਦੀ ਮੱਝ ਜਾਂ ਥੋੜ੍ਹੀ ਜਿਹੀ ਕ੍ਰੋਸ ਦੇ ਵਿੱਚ ਦੇਖਦੇ ਆ ਉਸ ਹਿਸਾਬ ਕਿਤਾਬ ਦੇ ਵਿੱਚ, ਅੱਖਾਂ ਔਖਾਂ ਜਿਹੜੀਆਂ ਬਿੱਲੀਆਂ ਨੇ ਵੇਖੋ। ਆਹ ਕਰੋ ਚੱਕ ਜੀ, ਠੀਕ ਆ। ਅਤੇ ਕੀ ਜਗਜੀਤ ਵੀਰੇ, ਮੰਨ ਲਓ ਵੀ ਤਾਜ਼ੀ ਸੂਈ ਆ ਅਤੇ ਹੈਵੀ ਬੋਡੀ ਵੇਟ ਦੀ, ਭਾਰਾ ਸਰੀਰ ਸਰੂਰ ਬਣਤਰ ਵੇਖੋਗੇ ਤੁਸੀਂ, ਉਹ ਵੀ ਭਾਰੀ ਆ ਵੇਖੋ, ਪਿੱਠ ਪੁੱਠਾ ਵੇਖੋ, ਵੀ ਕੋਈ ਇਕੱਲੀ ਕਹਿਣ ਦੀ ਗੱਲ ਨਹੀਂ, ਵੀ ਚੜਾਈ ਚੁੜੀ ਵੇਖੋ, ਥੱਬਿਆਂ ਦੇ ਥੱਬੇ ਕਹੀ ਦੀ ਆ ਵੀ ਜਦੋਂ ਪਸ਼ੂ ਆਪਣੇ ਇਹੋ ਜਿਹਾ ਬਿਲਕੁਲ ਦਿਖਾਈ ਦਿੰਦਾ ਵੀਡੀਓ ਦੇ ਵਿੱਚ। ਆਹ ਕਰੋ ਚੈੱਕ, ਆਹ ਬੈਕ ਸਾਈਡ ਤੋਂ, ਆਹ ਦੇਖੋ ਵੀ, ਆਹ ਕਰੋ ਚੈੱਕ ਮੇਰਾ ਜੀ, ਠੀਕ ਆ। ਅਤੇ ਜਗਜੀਤ ਵੀਰੇ ਕੀ ਲੈ ਦੇ ਇਸ ਝੋਟੀ ਦਾ ਕੀ ਆ?
ਭਾਜੀ ਝੋਟੀ ਤੋਂ ਤਾਂ ਅੱਧੀ ਹੋਈ ਜੇ ਬੱਚਾ ਵੇਖੋ ਕਿੱਡਾ ਪਲਿਆ ਦਿੱਤਾ ਜੇ ਜੂਰ ਪਾ ਕੇ ਤੁਹਾਨੂੰ ਪਤਾ ਡੰਗਰਾ ਜੇ ਮਤਲਬ ਸੂਹ ਚ ਜਦੋਂ ਆ ਜਾਂਦਾ ਬਹੁਤ ਹੀ ਪਲੀ ਗੱਲ ਬਿਲਕੁਲ ਬਾਕੀ ਏਡੀ ਮੈਂ ਤਾਂ ਤੁਹਾਨੂੰ ਪਤਾ ਮੱਝਾਂ ਦੇ ਲੋਕ ਮੁੱਲ ਹੁਣ ਬਾਜ਼ਾਰ ਤੁਹਾਨੂੰ ਵੀ ਪਤਾ ਤੁਸੀਂ ਰੋਜ਼ ਫਿਰਦੇ ਜੇ ਕਹਿਣ ਦੀ ਗੱਲ ਨਹੀਂ ਆ ਜੀ ਤੇ ਬਾਕੀ ਮੁੱਲ ਤੇ ਭਾਵੇਂ ਏਡੀ ਮੈਂ ਤਾਂ 1.5 ਲੱਖ ਵੀ ਕਰ ਲਈ ਤਾਂ ਵੀ ਵਿਕਦੀ ਹੈ ਝੋਟੀ ਬਿਲਕੁਲ ਪਰ ਆਪਾਂ 1 ਲੱਖ ਚੋਂ ਮਾਨ ਤਾਨ ਕਰਨਾ ਵਾ 1 ਲੱਖ ਚੋਂ 10,000 ਹੀ 90,000 ਦੀ ਝੋਟੀ ਦੇਵਾਂਗੇ ਪਰ ਝੋਟੀ ਭਾਜੀ ਏਦਾਂ ਦੀ ਆਉਂਦੀ ਨਹੀਂ ਆ ਬਾਹਰ ਕਿਉਂਕਿ ਫਿਰਨਾ ਬਹੁਤ ਪੈਂਦਾ ਵਾ ਬਾਕੀ ਆਪਣਾ ਯਾਦ ਇਹੋ ਹੀ ਆ ਕੰਮ ਗਾ ਆਪਾਂ ਫਿਰ ਤੁਰ ਕੇ ਮਾਲ ਡੰਗਰ ਲੱਭੀ ਦਾ ਭਾਰ ਆ ਤੇ ਫਿਰ ਵੀਰਾ ਭਰਾਵਾਂ ਨੂੰ ਦੇਈਦਾ ਵੇਚਣ ਵਾਲੇ ਵੀ ਖੜਦੇ ਆਪਣੇ ਕੋਲ ਮਾਲ ਬਿਲਕੁਲ ਫਿਰ ਆਣ ਕੇ ਨਵੇਂ ਸਿਰੇ ਫਿਰ ਖੜਦੇ ਆ ਤੇ ਉਹਨਾਂ ਨੂੰ ਕੁਝ ਬਚੂਗਾ ਫਿਰ ਹੀ ਆਉਂਦੇ ਲਓ ਵੀ ਦੋਸਤੋ 1 ਲੱਖ ਰੁਪਇਆ ਡਿਮਾਂਡ ਆ ਤੇ 90 ਦੀ ਵੀਰਾਂ ਤਾਂ ਹੋਊਗੀ ਬਾਕੀ ਮਾਨ ਤਾਨ ਇਹ ਨਹੀਂ ਗੱਲ ਹੈਗੀ ਵੀ ਤੁਸੀਂ ਰੇਟ ਇੱਥੇ ਆ ਕੇ ਆਪਦੇ ਹਿਸਾਬ ਨਾਲ ਲਾਓਗੇ ਤੇ ਕੋਈ ਉਹ ਤੇ ਪਸ਼ੂ ਨਹੀਂ ਤੁਹਾਨੂੰ ਬਣੂਗਾ ਪਸ਼ੂ ਵੀ ਤੁਹਾਨੂੰ ਬਣ ਜਾਊਗਾ ਆਪਦੇ ਹਿਸਾਬ ਨਾਲ ਵੀ ਤੁਸੀਂ ਰੇਟ ਲਾ ਸਕਦੇ ਹੋ ਪਰ ਪਸ਼ੂ ਨੂੰ ਇੱਥੇ ਇੱਕ ਵਾਰੀ ਆ ਕੇ ਵੇਖ ਲਿਓ ਘਰੇ ਵਿਜਿਟ ਕਰਕੇ ਜ਼ਰੂਰ ਤਸੱਲੀ ਦੇ ਨਾਲ ਪਸ਼ੂ ਨੂੰ ਵੇਖ ਲਿਓ ਪਸ਼ੂ ਜੇਕਰ ਤੁਹਾਨੂੰ ਲੱਗੂਗਾ ਵੀ ਇੰਨੇ ਭਾਅ ਇੰਨੇ ਰੇਟ ਵਾਲਾ ਹੈਗਾ ਤਾਂ ਬੇਸ਼ੱਕ ਤੁਸੀਂ ਉਹਦੇ ਨੇੜੇ ਤੇੜੇ ਜਿਹੜੀ ਪਹੁੰਚ ਕਰ ਲਿਓ ਠੀਕ ਆ ਬਾਕੀ ਮਾਨ ਤਾਨ ਹਰ ਕਬੀਰ ਦਾ ਹੋਊਗਾ ਜਿਹੜਾ ਭਾਵੇਂ ਮਰਜ਼ੀ ਦੂਰੋਂ ਨੇੜਿਓਂ ਚੱਲ ਕੇ ਆਊਗਾ ਤਰਨ ਤਾਰਨ ਬਿਲਕੁਲ ਲਾਗੇ ਹੈਗਾ ਖਾਸ ਮਾਝੇ ਦਾ ਪਿੰਡ ਆ ਤਰਨ ਤਾਰਨ ਤੁਹਾਨੂੰ ਵਿਜਿਟ ਜਿਹੜੀ ਕਰਨੀ ਪਵੇਗੀ ਠੀਕ ਆ 1 ਲੱਖ ਡਿਮਾਂਡ ਆ ਅਤੇ 90,000 ਦੀ ਜਿਹੜੀ ਵੀਰਾਂ ਦਾ ਵੀ ਝੋਟੀ ਆਪਾਂ ਦੇਵਾਂਗੇ ਉਹਦੇ 'ਚੋਂ ਵੀ ਮਾਨ ਤਾਨ ਆ ਠੀਕ ਆ ਇਸ ਤੋਂ ਬਾਅਦ ਦੋਸਤੋ ਇੱਕ ਜਿਹੜੀ ਹੋਰ ਤੁਹਾਨੂੰ ਆਪਾਂ ਮੱਝ ਦਿਖਾਉਣੀ ਆ ਤਾਜ਼ੀ ਸੂਈ ਆ ਲੇਵਾ ਲੂਵਾ ਕਰਮ ਵਾਲੀ ਇਹ ਵੀ ਬਹੁਤ ਸੋਹਣਾ ਵਿਖਾਲਾ ਵਿਖਾਉਣ ਡਈ ਆ ਬਾਕੀ ਬਾਈ ਜਗਜੀਤ ਕੀ ਡਿਟੇਲ ਹੈ ਇਸ ਬੱਲੀ ਦੀ ਇਹ ਵੀ ਭਾਜੀ 3 ਸੂਆ ਸੂਈ ਜੇ ਹਾਂਜੀ ਬਾਕੀ ਕੋਈ ਵੀਰ ਚੌਥਾ ਵੀ ਲਾ ਸਕਦਾ ਥੋੜ੍ਹੀ ਜਿਹੀ ਲਿੱਸੀ ਹੈ ਰੁੱਖੀ ਹੈ ਕਿਸੇ ਸਾਂਭੀ ਘੱਟ ਆ ਬਿਲਕੁਲ ਅਤੇ ਬਾਕੀ ਬਿਲਕੁਲ ਤਾਜ਼ੀ ਸੂਈ ਹੈ ਜੇ ਚੌਥਾ ਦਿਨ ਸੂਈ ਨੂੰ ਜੇ ਇਹਨੂੰ ਵੀ ਮਗਰ ਬੱਚਿਆਂ ਨੇ ਕੀ ਪਾਇਆ ਇਹਦੇ ਕੱਟਾ ਜੇ ਮਗਰ ਉਹ ਬਿਲਕੁਲ ਤਾਜ਼ਾ ਬੱਚਾ ਵਾ ਠੀਕ ਆ ਹਾਂਜੀ ਮਗਰ ਕੱਟਾ ਆਹ ਦੇਖੋ ਜੀ ਆਹ ਦੇਖੋ ਜੀ ਆਹ ਕੱਟਾ ਜੇ ਮਗਰ ਤਾਜ਼ਾ ਵੇਖੋ ਭਾਜੀ ਨਾੜੂ ਸਗੋਂ ਨਾਲ ਹੀ ਤੇ ਬੱਚਿਆਂ ਨੇ ਧੁੰਨ ਜੁੰਗ ਦੇ ਲਾ ਦੋ ਦੰਦ ਵੇਖੋ ਆਹ ਦੋ ਦੰਦ ਹੀ ਕੀਤੇ ਜੇ ਪੂਰੇ ਚੌਥਾ ਦਿਨ ਹੈ ਚੌਥਾ ਕਦੇ ਨਾ ਅੱਜ ਵੀਰਾਂ ਦਾ ਤੇ ਤੁਰ ਗਏ ਵੀਰੇ ਨੂੰ ਵੀ ਦਿਖਾ ਦਈਏ ਭਰਾਵਾਂ ਨੂੰ ਠੀਕ ਆ ਬੱਲੀ ਮੈਂ ਆ ਜਿਵੇਂ ਦੋਸਤੋ ਆਪਾਂ ਕਹਿ ਦਿੰਦੇ ਆ ਨਾ ਵੀ ਪੈਰ ਵੀ ਖੁਰ ਵੀ ਧੋਤੇ ਆ ਮੱਥਾ ਬੱਲਾ ਅੱਖ ਉੱਖ ਬਿੱਲੀ ਆ ਅਤੇ ਥੋੜ੍ਹੀ ਜਿਹੀ ਲੱਸੀ ਆ ਥੋੜ੍ਹੀ ਲੱਸੀ ਆ ਕਿਉਂਕਿ ਇੱਕ ਤਾਂ ਬਿਲਕੁਲ ਸੂਏ ਦੇ ਵਿੱਚ ਹੀ ਕਹਿ ਲਓ ਵੀ ਹੈ ਨਾ ਤਾਜ਼ੀ ਸੂਈ ਆ ਦੂਜਾ ਤੀਜਾ ਕਦੇ ਨਾ ਅੱਜ ਅਤੇ ਜਿਹੜਾ ਵੀ ਅੱਗੇ ਸੇਵਾ ਕਰ ਲੂਗਾ ਨੋਰਮਲ ਜਿਹੜੀ ਦੋਸਤੋ ਤੁਸੀਂ ਬਣਾ ਤਾ ਨਾ ਉੱਪਰੋਂ ਬੋਡੀ ਬਣਤਰ ਤਾਂ ਵੀ ਹੋਰ ਬਣਾ ਸਕਦੇ ਥੋੜ੍ਹੀ ਜਿਹੀ ਲੱਸੀ ਹੈ ਬਾਕੀ ਹਵਾਨਾ ਬਹੁਤ ਸੋਹਣਾ ਆਹ ਕਰੋ ਚੈੱਕ ਆਹ ਦੇਖੋ ਜੀ ਠੀਕ ਆ ਤੇ ਇਹ ਤਾਂ ਹੁਣ ਵੀਰੇ ਕੀ ਬੋਲੇ ਦੇ ਵਿੱਚ ਚੱਲਣ ਦਿਆ ਇਹ ਭਾਜੀ 9 ਤੋਂ 10 ਲੀਟਰ ਦੇ ਵਿੱਚ ਵਿੱਚ ਇਹਦਾ ਵੀ ਬਿਲਕੁਲ ਇਸ ਵਕਤ ਹਾਜ਼ਰ ਆ ਜਿਹੜਾ ਆਪਾਂ ਚੋਨੇ ਆ ਹਾਂਜੀ ਬਾਲਟੀ ਦੇ ਵਿੱਚ ਪਾਉਂਦੇ ਆ ਬਾਕੀ ਦੁੱਧ ਵਾਲੀ ਬੜੀ ਆ ਮੱਝ ਕਿਸੇ ਨੇ ਥੋੜ੍ਹੀ ਸਾਂਭੀ ਨਹੀਂ ਚਵਾਬ ਸਮਾਂ 1 ਨੰਬਰ ਦਾ ਲੱਗਾਊਗਾ ਭਾਜੀ ਠੀਕ ਆ ਬਹੁਤ ਹੀ ਜ਼ਿਆਦਾ ਚੋਣ ਚੰਗੀ 9 ਤੋਂ 10 ਕਿਲੋ ਇਸ ਵਕਤ ਕੋਈ ਆਪਣੇ ਘਰ ਚੋ ਕੇ ਖੜੇ ਲਓ ਜੀ ਕਰੋ ਚੈੱਕ ਠੀਕ ਆ ਵੀ ਦੋਸਤੋ ਪਸ਼ੂ ਵਾਧੂ ਆ ਮੇਲਾ ਲਾਇਆ ਪਿਆ ਵੀਰ ਨੇ ਵੀ ਕਿਉਂਕਿ ਖਰੀਦਦਾਰ ਬਹੁਤ ਆ ਵੀਰ ਦੇ ਕੋਲ ਤੇ ਲੈ ਦੇ ਵੀਰ ਜਗਜੀਤ ਕੀ ਕਰਦੇ ਬਾਈ ਇਹਦਾ ਮੁੱਲ ਤੇ ਭਾਜੀ 70,000 ਕਰੀਏ ਪਰ 65,000 ਜਾਂ 60,000 ਦੀ ਭਾਜੀ ਦੇ ਦਾਂਗੇ 60,000 ਦੀ ਹਾਂਜੀ ਹਾਂ ਨਹੀਂ ਬਾਕੀ ਬਹੁਤ ਚੰਗੀ ਮੈਂ ਆ ਤਾਜ਼ੀ ਮੈਂ ਸੂਈ ਆ ਇਹਦੇ ਭਾਅ ਨਾਲ ਤੁਹਾਨੂੰ ਪਤਾ ਮਾਲ ਮੁੱਲ ਬੜਾ ਮੈਂ ਤਾਂ ਬਹੁਤ ਚੰਗੀ ਮੈਂ ਆ ਦੁੱਧ ਵਾਲੀ ਝੋਟੀ ਬਿਲਕੁਲ ਜੀ ਕੋਈ ਸ਼ੱਕ ਨਹੀਂ ਬਾਕੀ ਨੀਲੀ ਜਾਂਦੀ ਆ ਆਹ ਵੇਖੋਗੇ ਠੀਕ ਆ ਥਣ ਦੇਵੇ ਦੀ ਸਾਫ ਆ ਵੀ ਬਿਲਕੁਲ ਜਿਹੜੀ ਸਫਾਈ ਪੂਰੀ ਆ ਤੇ ਮੱਝ ਜਿਹੜੀ ਆ ਤੀਜਾ ਸੂਆ ਸੀ ਨਾ ਹਾਂਜੀ ਤੀਜਾ ਕੋਈ ਲਾ ਲੈ ਚੌਥਾ ਵੀ ਲਾ ਲੈ ਚਲੋ ਜੀ ਆਪੋ ਆਪਣੀ ਸਮਝਾ ਚੌਥਾ ਵੀ ਲਾ ਲਓ ਭੈਣ ਭਰਾ ਹਨਾ ਕਿਸੇ ਦਾ ਜੋ ਸਮਝ ਲੱਗਦੀ ਅਗਲੇ ਨੇ ਲਾਉਣਾ ਹੀ ਹੈ ਜੀ ਬਿਲਕੁਲ ਜੀ ਇਸ ਤੋਂ ਬਾਅਦ ਬਾਈ ਜਿੱਤੀ ਤਾਂ ਅਗਲੇ ਬੰਨੇ ਇਹ ਗੱਬਣ ਤੋਕੜ ਹਾਂਜੀ ਇਹ ਤੋਕੜ ਗੱਬਣਿਆ ਭਾਜੀ ਤੇ ਕਿਵੇਂ ਸੂਏ ਲਈ ਅੱਗੇ ਗੱਬਣਾ ਜੀ ਇਹ ਭਾਜੀ ਪਹਿਲਾ ਸੂਆ ਸੂਈ ਦਾ ਕਿ ਦੂਜੇ ਸੂਏ ਸੋਣਾ ਇਹਨੇ ਠੀਕ ਆ ਹਾਂਜੀ 4 ਮਹੀਨੇ ਦੀ ਗੱਬਣ ਆਪਾਂ ਚੈੱਕ ਕਰਾਈ ਆਪਣੇ ਘਰ ਬਾਕੀ ਜਿਹੜੇ ਵੀਰ ਨੇ ਲੈਣੀ ਫੇਰ ਆਪਣੀ ਚੈੱਕ ਕਰਾ ਕੇ
ਕਰੋ ਚੈੱਕ ਵੀ ਬਾਕੀ ਐ ਵਕਤ ਤੋਕੜਿਆ ਜਦੋਂ ਸੱਜਰ ਬਣੂਗੀ ਚੱਡਾ ਚੁੱਡਾ ਲੇਵਾ ਉਦੋਂ ਬਣਾਊਗੀ ਹੁਣ ਤੁਹਾਨੂੰ ਪਤਾ ਮਾਲ ਪਿੱਛੋਂ ਮੁੱਲ ਆਇਆ ਪਤਾ ਨੀ ਕਦੋਂ ਦੀ ਹੁਣ ਸੂਈਦਾਰ ਪਤਾ ਨੀ ਬਾਕੀ 4 ਮਹੀਨੇ ਦੀ ਗੱਭਣ ਚੈੱਕ ਪਾਸ ਆ ਹਾਂਜੀ ਠੀਕ ਆ ਇਹ ਤੋਕੜ ਗੱਭਣ ਜਿਹੜੀ ਮੈਂ ਆ ਵੀਰ ਦੇ ਕੋਲ ਦੂਜਾ ਸੂਏ ਲਈ ਅੱਗੇ ਗੱਭਣ ਆ ਪਹਿਲਾ ਸੂਆ ਹੁਣ ਪ੍ਰੈਜੈਂਟ ਟਾਈਮ ਚੱਲਣ ਡਈ ਆ ਹਾਂਜੀ ਹਾਂਜੀ ਠੀਕ ਆ 6 ਲੀਟਰ ਦੁੱਧ ਹਾਂਜੀ ਤੇ 4 ਮਹੀਨੇ ਦੀ ਗੱਭਣ ਬਿਲਕੁਲ ਜੀ ਠੀਕ ਆ ਇਹਦਾ ਲੈ ਦੇ ਕੀ ਕਰਦੇ ਆ ਕੋਈ ਭੈਣ ਭਰਾ ਵੀ ਕਿਉਂਕਿ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ ਕਿਸੇ ਨੇ ਕੁਛ ਚੀਜ਼ ਖਰੀਦਣੀ ਆ ਕਿਸੇ ਨੇ ਕੁਛ ਬਿਲਕੁਲ ਬਿਲਕੁਲ ਜੀ ਇਹਦਾ ਕੀ ਆਪਾਂ ਕਰਦੇ ਮੁੱਲ ਇਹਦਾ ਭਾਜੀ 50,000 ਚੋਂ ਮਾਨਤਨ ਕਰਾਂਗੇ 50 ਦੇ ਵਿੱਚੋਂ ਹਾਂਜੀ ਠੀਕ ਆ ਬਾਕੀ ਕੋਈ ਭੈਣ ਭਰਾ ਆਵੇ ਤੇ ਆਪਦੀ ਜਿਹੜੀ ਆ ਡਾਕਟਰ ਦੇ ਨਾਲ ਕੰਸਲਟ ਕਰਕੇ ਆਪਦੀ ਤਸੱਲੀ ਆਪ ਕਰੇ ਆਪਣੀ ਚੈੱਕ ਕਰਾ ਕੇ ਆਪਣੇ ਤਸੱਲੀ ਕਰਕੇ ਖੜੇ ਕਿਉਂਕਿ ਆਪਾਂ ਕਰਾਈ ਆਪਣੇ ਘਰ ਬਾਕੀ ਜਿਹੜੇ ਵੀ ਲੈ ਲੋਗ ਆਪਣੀ ਫੇਰ ਤਸੱਲੀ ਕਰਾਵੇ ਇਹਦੇ 'ਚ ਕੋਈ ਸ਼ੱਕ ਨਾ ਆਪਣਾ ਕਢਾ ਕੇ ਖੜੇ ਬਾਕੀ ਝੋਟੀ ਵੇਖੋ ਕਿੱਡੀ ਆ ਠੀਕ ਆ ਤੇ ਬਿਲਕੁਲ ਜਿਹੜੀ ਦੋਸਤੋ ਝੋਟੀ ਵੀ ਕਹਿੰਦਾ ਵੀ ਅੱਗੇ ਦੂਜੇ ਸੂਬੇ ਲਈ ਅੱਗੇ ਗੱਭਣਾ ਠੀਕ ਆ ਤੇ ਚੈੱਕ ਪਾਸ ਆਪਦੇ ਹੱਥੀਂ ਤਾਂ ਕਰਵਾਈ ਆ ਬਾਕੀ ਜਦੋਂ ਤੁਸੀਂ ਲੈ ਕੇ ਜਾਓਗੇ ਤੇ ਆਪਦਾ ਡਾਕਟਰ ਜ਼ਰੂਰ ਨਾਲ ਲੈ ਕੇ ਆਓ ਤਸੱਲੀ ਕਰਕੇ ਫਿਰ ਇਸ ਕਿੱਲੇ ਦੇ ਉੱਪਰੋਂ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਬਾਕੀ ਸਿੰਘ ਦੀ ਕੁਆਲਿਟੀ ਵਿਖਾਓ ਕਿੱਦਾਂ ਦਾ ਲੱਗਾ ਵੈਸੇ ਸਿੰਘ ਹੈਗੇ ਆ ਕੋਈ ਫਰੰਟ ਤੋਂ ਦੇਖੇ ਤੇ ਭੋਡੀ ਸਮਝ ਭੋਡੀ ਨਾ ਸਮਝ ਲਈ ਵੀਰ ਤੇ ਸਿੰਘ ਦੀ ਬੰਤਰ ਹੈਗੀ ਆ ਬਿਲਕੁਲ ਖੁੱਤੀ ਦੇ ਵਿੱਚ ਲੱਗਾ ਬੈਕ ਸਾਈਡ ਤੋਂ ਘੁੰਮ ਕੇ ਸਿੰਘ ਤੇ ਜਗਜੀਤ ਭਾਈ ਸੰਪਰਕ ਨੰਬਰ ਆਪਣੇ ਜ਼ਰੂਰ ਕਰੀਏ ਸਾਂਝੇ ਜੀ ਸੰਪਰਕ ਨੰਬਰ ਆਪਣਾ 8427708952 ਇਸੇ ਨੰਬਰ ਤੇ ਵਟਸਐਪ ਚੱਲਦਾ ਭਾਜੀ ਠੀਕ ਆ ਹਾਂਜੀ ਮਿਹਰਬਾਨੀ ਵੀਰ ਜਗਜੀਤ ਓਕੇ ਭਾਜੀ ਬਾਕੀ ਵੀਰ ਆਪਣੇ ਜਿੰਨੇ ਵੀ ਲੈਣੀ ਸੂਈਆਂ ਸਵਾਈਆਂ ਮਈਆਂ ਆਣ ਕੇ ਆਪਣੀ ਚੋਗ ਤਸੱਲੀ ਕਰਕੇ ਖੜੇ ਗੱਭਣਾ ਦਾ ਪਿੱਛੇ ਦੀ ਥਣਾ ਦੀ ਆਪਣੀ ਗਰੰਟੀ ਹੋਊ ਬਾਕੀ ਆਪਣੇ ਤਿਪ ਕੇ ਸਾਰਾ ਕੁਝ ਕਰਕੇ ਤਸੱਲੀ ਕਰਕੇ ਖੜੇ ਠੀਕ ਆ ਬਾਕੀ ਬਹੁਤ ਬਹੁਤ ਮਿਹਰਬਾਨੀ ਠੀਕ ਆ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ